ਜਿਉਂ ਜਿਉਂ ਪੰਜਾਬ ਅੰਦਰ ਗਰਮੀ ਵੱਧ ਰਹੀ ਹੈ ਤਿਉਂ ਤਿਉਂ ਪੰਜਾਬ ਦਾ ਸਿਆਸੀ ਪਾਰਾ ਵੀ ਸਿਖਰਾਂ ਉੱਤੇ ਹੈ, ਕਿਉਂਕਿ ਨੋਮੀਨੇਸ਼ਨ ਫਾਈਲ ਕਰਨ ਦੀਆਂ ਤਰੀਕਾਂ ਚੱਲ ਰਹੀਆਂ ਨੇ ਅਤੇ ਵੱਖੋ ਵੱਖਰੀਆਂ ਪਾਰਟੀਆਂ ਆਪਣੇ ਆਪਣੇ ਨੁਮਾਇੰਦਿਆਂ ਲਈ ਡੀਸੀ ਦਫ਼ਤਰ ਪਹੁੰਚ ਕੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜੇ ਨਾਮਜ਼ਦਗੀ ਪੱਤਰ ਹੈਗੇ ਆ ਉਸ ਨੂੰ ਫਾਈਲ ਕਰ ਰਹੇ ਨੇ। ਪਰ ਇੱਥੇ ਕੁਝ ਸਮਾਂ ਪਹਿਲਾਂ ਜਿਹੜਾ ਆ BSP ਬਹੁਜਨ ਸਮਾਜਵਾਦੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਜੋ ਵਰਕਰ ਹੈਗੇ ਨੇ ਉਹ ਆਹਮੋ ਸਾਹਮਣੇ ਹੋ ਗਏ ਸੀ, ਤਾਂ ਹੀ ਸਿਕਿਉਰਿਟੀ ਜਿਹੜੀ ਆ ਇੰਨੀ ਇੱਥੇ ਵਧਾ ਦਿੱਤੀ ਗਈ ਆ। ਇਹ ਤਸਵੀਰਾਂ ਜਲੰਧਰ ਦੇ DC ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਕਿ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ, ਕਿਉਂਕਿ ਪਹਿਲਾਂ ਇੰਨੀ ਸਿਕਿਉਰਿਟੀ ਨਹੀਂ ਸੀਗੀ। ਜਦੋਂ BSP ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ ਸਾਹਮਣੇ ਹੋਈ ਤਾਂ ਫਿਰ ਇਹ ਸਿਕਿਉਰਿਟੀ ਜਿਹੜੀ ਆ ਵਧਾਈ ਗਈ ਆ, ਕਿਉਂਕਿ DC ਦਫ਼ਤਰ ਦੇ ਬਾਹਰ ਅਜਿਹੀ ਘਟਨਾ ਵਾਪਰਨੀ ਵੀ ਇੱਕ ਤਰ੍ਹਾਂ ਦੀ ਜਿਹੜੀ ਹੈ ਮਾੜੀ ਗੱਲ ਹੈ। ਤਾਂ BSP ਦੇ ਵਰਕਰ ਵੀ ਕਾਫੀ ਹੁੰਮ ਹੁਮਾ ਕੇ ਪਹੁੰਚੇ ਨੇ ਬਲਵਿੰਦਰ ਕੁਮਾਰ ਦੇ ਹੱਕ ਵਿੱਚ, ਉਹਨਾਂ ਨੇ ਨੋਮੀਨੇਸ਼ਨ ਫਾਈਲ ਕਰ ਦਿੱਤੀ ਆ। ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਹੋਣੀ ਵੀ ਇੱਥੇ ਪਹੁੰਚੇ ਹੋਏ ਨੇ, ਅੰਦਰ ਉਹ ਫਾਈਲ ਕਰ ਰਹੇ ਨੇ ਨਾਮਜ਼ਦਗੀ ਪੱਤਰ। ਪਰ ਇੱਥੇ ਕੁਝ ਸਮਾਂ ਪਹਿਲਾਂ ਆਹਮੋ ਸਾਹਮਣੇ ਹੋਏ ਸੀਗੇ ਜਿੱਥੇ ਕਿ ਕੋਈ ਝੜਪ ਤਾਂ ਨਹੀਂ ਹੋਈ ਕੋਈ, ਪਰ ਆਹਮੋ ਸਾਹਮਣੇ ਇੱਕ ਦੂਜੇ ਦੇ ਖਿਲਾਫ਼, ਇੱਕ ਦੂਜੇ ਦੇ ਵੱਡੇ ਲੀਡਰਾਂ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਤਾਂ ਦੂਸ਼ਣਬਾਜ਼ੀ ਕੀਤੀ ਗਈ ਸੀ, ਨਾਅਰੇ ਖਿਲਾਫ਼ ਲਾਏ ਗਏ ਸੀ। ਇੱਕ ਪਾਸੇ ਚੌਂਕੀਦਾਰ ਚੋਰ ਹੈ ਇਹ ਕਿਹਾ ਗਿਆ, ਦੂਜੇ ਪਾਸੇ ਬਹੁਜਨ ਸਮਾਜਵਾਦੀ ਪਾਰਟੀ ਦੇ ਜੋ ਲੀਡਰ ਹੈਗੇ ਨੇ ਉਹਨਾਂ ਨੂੰ ਜੰਮ ਕੇ ਜਿਹੜੀਆਂ ਨੇ ਉਹਨਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਆ। ਉੱਧਰ ਤੁਸੀਂ ਦੇਖ ਸਕਦੇ ਹੋ ਕਿ ਬਲਵਿੰਦਰ ਕੁਮਾਰ ਹੋਣੀ ਵੀ ਇੱਥੇ ਆ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਕਿ ਨੋਮੀਨੇਸ਼ਨ ਫਾਈਲ ਕਰਕੇ ਆਏ ਹੋ, ਕਿਸ ਤਰ੍ਹਾਂ ਦਾ ਚੱਲ ਰਿਹਾ ਪ੍ਰਚਾਰ? ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਹੁੰਗਾਰਾ ਆ ਸਾਡਾ ਲੋਕਾਂ ਦਾ, ਬਹੁਤ ਵਧੀਆ ਲਹਿਰ ਹੈਗੀ ਆ, ਤੁਸੀਂ ਦੇਖ ਸਕਦੇ ਹੋ ਉਸ਼ਾਹ ਨਾਲ ਤੁਰਿਆ ਹਰ, ਔਰ ਇਹ ਸਾਰੇ ਬੰਦੇ ਬਦਲਾਅ ਲਈ ਤੁਰੇ ਆ। ਜਿਹੜੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ BJP ਕਾਂਗਰਸ ਆ, ਇਹਨਾਂ ਨੇ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦਿੱਤੀਆਂ, ਇਹ ਲੋਕਾਂ ਨੂੰ ਅਹਿਸਾਸ ਹੋ ਚੁੱਕਾ, ਇਸ ਕਰਕੇ ਸਾਰੇ ਬਦਲਾਅ ਲਈ ਵੋਟ। ਕੁਝ ਸਮਾਂ ਪਹਿਲਾਂ ਇੱਥੇ ਹੁਣੇ ਆਹਮੋ ਸਾਹਮਣੇ ਹੋ ਗਏ ਸੀਗੇ BSP ਅਤੇ ਦੂਜੇ ਅਕਾਲੀ ਦਲ, ਕੀ ਗੱਲ ਹੋ ਗਈ ਸੀ ਤੁਸੀਂ? ਨਾ ਕੋਈ ਪਲਾਨ ਨਹੀਂ ਹੈ, ਨੈਚੁਰਲ ਪ੍ਰਗਟਾਵਾ ਆ। ਉਹਨਾਂ ਲੱਗਾ ਵੀ ਸਾਡੀ ਜ਼ਿੰਦਗੀ ਨਹੀਂ, ਪਾਰਟੀਆਂ ਨੇ ਖਰਾਬ ਕਰ ਦਿੱਤੀ, ਸਾਨਾ ਧੋਖਾਧੜੀ ਕੀਤੀ ਆ, ਸਾਡੀ ਵੋਟ ਲੈ ਗਏ, ਇਸ ਕਰਕੇ ਲੋਕਾਂ ਨੇ ਉਹਨਾਂ ਦਾ ਇੱਥੇ ਵਿਰੋਧ ਜਤਾਇਆ। ਸੋ ਵਾਕਈ ਵਿਰੋਧ ਵੀ ਕਾਫੀ ਜ਼ਬਰਦਸਤ ਹੋਇਆ ਸੀ, ਤਾਂ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਇੰਤਜ਼ਾਮ ਜਿਹੜੇ ਨੇ ਪੁਖਤਾ ਕਰ ਦਿੱਤੇ ਗਏ ਨੇ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।